ਹੁਣ ਇੱਕ ਚੱਕਰ ਪੈ ਗਿਆ ਉਹਨੂੰ ਪੁਲਿਸ ਨੇ ਫੜ ਲਿਆ ਨਾ ਸਾਡੇ ਕੋਲ ਨੰਬਰ ਸੀ ਗੱਡੀ ਦਾ ਨਾ ਸਾਡੇ ਕੋਲ ਪੇਪਰ ਸੀ ਕੁਛ ਵੀ ਨਹੀਂ ਸੀਗਾ ਇਹ ਗੱਡੀ ਚਾਹੀ ਹੋਈ ਹੈ ਹਿਮਾਂਸ਼ੀ ਖੁਰਾਣਾ ਹਿਮਾਂਸ਼ੀ ਖੁਰਾਣਾ ਜੋ ਕਿ ਅੰਦਰ ਬੈਠੀ ਆ ਜਿਹੜੀ ਮੇਰੀ ਟੇਰਾਂ ਦੀ ਨਜ਼ਰ ਲੱਗੀ ਸੀ ਉਹ ਵੀ ਲੱਗੀ ਹੋਈ ਆ ਕੀ ਹਾਲ ਚਾਲ ਗਈ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਆ ਬੀਂਗ ਪਲੇਟ ਦੇ ਘੈਂਟ ਜੇ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਵਿੱਚ ਪਿੱਛੇ ਭਾਂਡੇ ਖੜਕ ਰਹੇ ਆ ਬਿਕੋਜ਼ ਸਵੇਰ ਦੇ ਵੱਜੇ ਹੋਏ ਆ 9:15 ਤੇ ਅੱਜ ਆਪਾਂ ਚੱਲੇ ਆ ਚੰਡੀਗੜ੍ਹ ਆਪਣੇ ਲਾਈਵ ਵੀਲਸ ਪਵਾਉਣ ਤੇ ਮੇਰੇ ਨਾਲ ਜਾਣਗੇ ਪ੍ਰਭ ਤੇ ਬੁੱਟਰ ਨਹੀਂ ਪ੍ਰਭ ਬੁੱਟਰ ਤੇ ਕਾਸ਼ ਹੁਣੀ ਤੇ ਬਾਕੀ ਹੁਣ ਆਪਾਂ ਪਹਿਲਾਂ ਗੱਡੀ ਕੱਢਦੇ ਹਾਂ ਠੀਕ ਆ ਤੇ ਫਿਰ ਆਪਾਂ ਚੱਲਦੇ ਹਾਂ ਤੇ ਗੱਡੀ ਥੋੜ੍ਹੀ ਗੰਦੀ ਹੋਈ ਹੋਈ ਆ ਦੇਖਾਂਗੇ ਥੋੜ੍ਹੀ ਬਹੁਤੀ ਧਵਾ ਲਾਂਗੇ ਨਹੀਂ ਤਾਂ ਫਿਰ ਅੱਗੇ ਜਾ ਕੇ ਦੱਸਦੇ ਹਾਂ ਇਹ ਨਾ ਹਾਲਾ ਮੇਰੇ ਮਗਰ ਪਿਆ ਹੈਗਾ ਆਪਾਂ ਚੰਡੀਗੜ੍ਹ ਤੋਂ ਲਾਈਵ ਪਾਉਣੇ ਚੰਡੀਗੜ੍ਹ ਤੋਂ ਪਾਉਣੇ ਮੈਂ ਸੋਚਿਆ ਚੰਡੀਗੜ੍ਹ ਤੋਂ ਕਾਹਤੋਂ ਪਾਉਣੇ ਆ ਮੈਨੂੰ ਹੁਣ ਸਮਝ ਆਈ ਚੰਡੀਗੜ੍ਹ ਤੋਂ ਕਾਹਤੋਂ ਪਾਉਣੇ ਆਪਾਂ ਲਾਏ ਮੈਨੂੰ ਹੁਣ ਸਮਝ ਆਈ ਮੈਨੂੰ ਤਾਂ ਪਹਿਲਾਂ ਵਾਲਾ ਦਿਮਾਗ ਹੀ ਨਹੀਂ ਕੰਮ ਕੀਤਾ ਚਲੋ ਵਧੀਆ ਯਾਰ ਨਾਲੇ ਦੋ ਕੰਮ ਨਿਕਲ ਜਾਣਗੇ ਹੋਰ ਕੀ ਚਾਹੀਦਾ ਬੰਦੇ ਨੂੰ ਯਾਰ ਨਾਲੇ ਆਰਾਮ ਨਾਲ ਜਾਵਾਂਗੇ ਆਹ ਦੀਪ ਪਾ ਕੇ ਆਵਾਂਗੇ ਨਾਲੇ ਥੋੜ੍ਹਾ ਬਹੁਤਾ ਘੁੰਮ ਆਵਾਂਗੇ ਹੁਣ ਆਪਾਂ ਲਾਉਣ ਲੱਗੇ ਹਾਂ ਫਾਸਟ ਟੈਗ ਲੱਗੂਗਾ ਹੁਣ ਇਹਦੀ 84 ਨੰਬਰ ਦੇ ਕਿ ਨੰਬਰ ਰਹਿੰਦਾ ਆਇਆ ਹੀ ਨਹੀਂ ਅਸਲੀ ਅਤੇ ਬਾਕੀ ਵੀਰੇ ਹੁਣੀ ਆਪਾਂ ਨੂੰ ਜਾਣਦੇ ਨਿਕਲੇ ਅਤੇ ਵੀਰੇ ਨੇ ਕਹਿੰਦੇ ਆਪਾਂ ਲਵਾ ਲਾਂਗੇ ਤੁਹਾਡਾ ਆਰਾਮ ਨਾਲ ਕੋਈ 5 ਕੁ ਮਿੰਟ ਲੱਗਦੇ ਇੱਥੇ ਉਦੋਂ ਆਪਾਂ ਸਿੱਧਾ ਚੱਲਦੇ ਹਾਂ ਬਾਕੀ ਇਹਨਾਂ ਨੂੰ ਆਪਾਂ ਪਿੱਕ ਕਰ ਲਈ ਬੁੱਟਰ ਨੂੰ ਵੀ ਕਰ ਲਈਗਾ ਉਹ ਸੋਰੀ ਬੁੱਟਰ ਦਿਖਾਉਣਾ ਭੁੱਲ ਗਏ ਪਹਿਲਾਂ ਕਿਉਂਕਿ ਉਹ ਮਾੜਾ ਕਾਹਲੀ 'ਚ ਸੀਗੇ ਅਸੀਂ ਤਾਂ ਥੋੜ੍ਹਾ ਟਾਈਮ ਇੱਥੇ ਲੱਗਣਾ ਉਦੋਂ ਬਾਅਦ ਫਿਰ ਅੱਗੇ ਫਿਰ ਜਾ ਕੇ ਦੇਖਦੇ ਕਿਹੜੇ ਲਾਏ ਪਾਉਣੇ ਸਾਰਾ ਕੁਝ ਦੱਸਾਂਗੇ ਕਿੰਨੇ ਦੇ ਪੈਣਗੇ ਉਹ ਵੀ ਸਾਰਾ ਕੁਝ ਦੱਸਾਂਗੇ ਤਾਂ ਦੇਖੀ ਜਾਇਓ ਬਾ ਵਲੌਗ ਨੂੰ ਹੁਣ ਹੀ ਖੜੇ ਆ ਤੇ ਕੋਈ ਵੀ ਕਾਗਜ਼ ਨਹੀਂ ਹੈਗਾ ਆਪਣੇ ਕੋਲ ਗੱਡੀ ਦਾ ਹਾਏ ਹੋਏ ਆਪਾਂ ਨੂੰ ਟਾਈਮ ਲੱਗ ਜਾਣਾ ਇੱਥੇ ਇਹ ਦੋ ਚੀਜ਼ਾਂ ਹੋਰ ਨੇ ਆਹਦੇ ਬੁੱਟਰੋਣੀ ਤੇ ਕੀ ਕੰਮ ਕਰਨ ਲੱਗ ਗਏ ਤੇ ਯਾਰ ਮੈਂ ਨਾ ਹੁਣ ਨੰਬਰ ਮੰਗਾਉਣੇ ਆ ਇੰਸ਼ੋਰੈਂਸ ਦੀ ਕਾਪੀ ਵਗੈਰਾ ਨਾ ਉਹਦੇ ਕਰਕੇ ਆਪਣਾ ਫਾਸਟ ਟੈਗ ਲੱਗੂਗਾ ਫਿਰ ਅੱਗੇ ਜਾਵਾਂਗੇ ਇਹ ਖੜ 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 ਕਰੀ ਜਾਂਦੇ ਤੁਸੀਂ ਡਿੱਗੇ ਪਏ ਆ ਨਾ ਤਬਲੇ ਇਹਨੇ ਬਈ ਆਪਦੇ ਆ ਦੇਖੋ ਕੀ ਰੱਖ ਲਏ ਯਾਰ ਦੇਖੋ ਮੈਂ ਹੋ ਜਿੱਤੇ ਮੈਂ ਕੈਮਰੇ ਰੱਖੂੰਗਾ ਬੈਗ ਰੱਖੂੰਗਾ ਗਿੰਬਲਾ ਰੱਖੂੰਗਾ ਇਹਨੇ ਦੇਖ ਲਓ ਮੈਂ ਪਹਿਲਾਂ ਆ ਕੇ ਟੈਸਟ ਕੀ ਰੱਖਤਾ ਦੇਖ ਲਓ ਮੈਂ ਕੋਈ ਨਹੀਂ ਬਾਈ ਗੱਡੀ ਥੋੜੀ ਗੰਦੀ ਹੋਈ ਹੋਈ ਆਪਣੀ ਕੋਈ ਸੀ ਨਹੀਂ ਇੱਥੇ ਫੁੱਲ ਲੱਗਿਆ ਹੋਇਆ ਸੀਗਾ ਤੇ ਬਾਈ ਗੰਦੀ ਬਾਲੀ ਹੋ ਗਈ ਯਾਰ ਗੱਡੀ ਮੈਂ ਧੋਈ ਨਹੀਂ ਕੱਲ ਮੀਂਹ 'ਚ ਲੱਗੀ ਹੋਈ ਸੀਗੀ ਇਹ ਬਾਕੀ ਹੁਣ ਲਾਈਵ ਪਵਾ ਕੇ ਫਿਰ ਕਰੀ ਪਾਣੀ ਮਰਾਵਾਂਗੇ ਫਿਰ ਦੇਖਿਓ ਹੁਣ ਆਪਾਂ ਯਾਰ ਜਾ ਰਹੇ ਹਾਂ ਰਾਹ ਦੇ ਵਿੱਚ ਆ ਪਹਿਲਾਂ ਮੈਂ ਸੋਚਿਆ ਸੀ ਕਿ ਮੈਂ ਜਿਹੜੇ ਮਤਲਬ ਲਾਏ ਆ ਉਹ ਪਾ ਲੂੰਗਾ ਲੁਧਿਆਣੇ ਤੋਂ ਬਟ ਇਹਦੇ ਕੰਮ ਕਰਕੇ ਉਹ ਨਹੀਂ ਪਾਏ ਕਿਉਂਕਿ ਇਹਨੂੰ ਪਤਾ ਸੀ ਜੇ ਉੱਥੇ ਮੈਨੂੰ ਪਸੰਦ ਆ ਜਾਂਦੇ ਤਾਂ ਉਦੋਂ ਬਾਅਦ ਮੈਂ ਉੱਥੋਂ ਹੀ ਪਾ ਲੈਣੀ ਸੀ ਇਹਦਾ ਕੰਮ ਨਹੀਂ ਬਣਦਾ ਸੀਗਾ ਤਾਂ ਕਰਕੇ ਜਿਹੜੀ ਟੱਲੀਆਂ ਨੇ ਪਿੱਛੇ ਰੱਖੀ ਹੋਈ ਨੇ ਉਹਨੂੰ ਵੱਧੀ ਜਾਂਦੀਆਂ ਨੇ ਸਾਨੂੰ ਇੱਦਾਂ ਫੀਲ ਆ ਰਹੀ ਵੀ ਸਾਡੀ ਨਵੀਂ ਗੱਡੀ ਖੜਕੀ ਹੁੰਦੀ ਆ ਇਹਦੇ ਕਰਕੇ ਤਾਂ ਕਰਕੇ ਹੁਣ ਆਪਾਂ ਚੱਲੇ ਹਾਂ ਉਹਨੇ ਜਾ ਕੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਹੁਣ ਗਈ ਮੇਰੀ ਵਾਰੀ ਆ ਤੇ ਬੁੱਟਰ ਵੀਰੇ ਹਾਂਜੀ ਵੀਰੇ ਮੂਲ ਮੰਤਰ ਹਨੂਮਾਨ ਚਾਲੀਸਾ ਜੈਸਸ ਕ੍ਰਿਸ਼ਨ ਜਿਹੜਾ ਵੀ ਤੈਨੂੰ ਆਉਂਦਾ ਪਾਠ ਕਰੀ ਚੱਲ ਆਪਾਂ ਇਹ ਚ ਹੀ ਪਾਠ ਲਾ ਲੈਣਾ ਵਾ ਬਾ ਠੀਕ ਆ ਇਹਨੂੰ ਮੈਂ ਦਿਖਾਈ ਨਹੀਂ ਸੀਗੀ ਗੱਡੀ ਹੁਣ ਮੈਂ ਦਿਖਾਉਂਗਾ ਇਹਨੂੰ ਮੈਂ ਦੇਖ ਲਈ ਹੁਣੀ ਆ ਥੋੜੀ ਗੰਦੀ ਹੋਈ ਆ ਤਾਂ ਥੋੜੀ ਲੁੱਕ ਥੋੜੀ ਚਾਹੀਦੀ ਨਹੀਂ ਲੱਗ ਰਹੀ ਉਹਨੂੰ ਆ ਕਿਵੇਂ ਆ ਬਗਿਆ ਠੀਕ ਆ ਮੁਬਾਰਕਾਂ ਬਾਈ ਤੈਨੂੰ ਬਹੁਤ ਬਹੁਤ ਤੈਨੂੰ ਵੀ ਭਰਾ ਆ ਜਾ ਹੁਣ ਆਪਾਂ ਫਾਈਨਲੀ ਪਹੁੰਚ ਚੁੱਕੇ ਹਾਂ ਇੱਥੇ ਅਤੇ ਹੁਣ ਥੋੜ੍ਹੇ ਟਾਈਮ ਲੱਗੇ ਆਪਾਂ ਚੱਲਾਂਗੇ ਆਪਣੇ ਲਾਏ ਵਾਲੀ ਸ਼ੋਪ 'ਤੇ ਅਤੇ ਥੋੜ੍ਹੇ ਬਹੁਤੇ ਹੋਰ ਅਪਗ੍ਰੇਡੇਸ਼ਨ ਦੇਖਾਂਗੇ ਕਰਵਾਉਣ ਵਾਲੇ ਕਿਹੜੇ ਕਿਹੜੇ ਕਰਵਾਉਣੇ ਆ ਬਾਕੀ ਪੈਸੇ ਥੋੜ੍ਹੇ ਲਿਮਿਟਡ ਹੀ ਆ ਅਸੀਂ ਸੋਚ ਰਹੇ ਸੀ ਗੱਡੀ ਦਾ ਇੰਜਨ ਚੇਂਜ ਕਰਾ ਦਈਏ ਅਸੀਂ ਇਹਦੀ ਵਾਲੀ ਥਾਰ ਵਾਲਾ ਪਾਉਣਾ ਇਹਦੇ ਵਿੱਚ ਅਤੇ ਉਹ ਤਾਂ ਇਹ ਵਾਲਾ ਅਤੇ ਹੁਣ ਆਪਾਂ ਚੱਲੇ ਹਾਂ ਜਾ ਕੇ ਦੇਖਦੇ ਹਾਂ ਅਤੇ ਆਪਣਾ ਕੀ ਵਰਾਇਟੀ ਮਿਲਦੀ ਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵੀ ਕਈ ਕਹਿ ਰਹੇ ਸੀਗੇ ਨਾ ਜੀ ਮੋਡੀਫਿਕੇਸ਼ਨ ਵਾਲੇ ਨਾ ਜਿਹੜੇ ਵਲੌਗ ਆ ਉਹ ਲੈ ਕੇ ਆਇਓ ਆਪਾਂ ਜਲਦੀ ਜਲਦੀ ਲੈ ਕੇ ਇਕੱਲੀ ਇਕੱਲੀ ਮੋਡੀਫਿਕੇਸ਼ਨ ਦਾ ਵਲੌਗ ਲੈ ਕੇ ਇਕੱਲੀ ਇਕੱਲੀ ਦੇਖੀ ਜਾਓ ਸਾਰੇ ਚਲੋ ਜੀ ਕਹਿੰਦੇ ਬਾਈ ਪੁਲਿਸ ਨੇ ਫੜ ਲਿਆ ਹੋਇਆ ਤਾਂ ਜਿਵੇਂ ਵੀ ਆਪਣਾ ਸੈੱਟ ਜਿਹਾ ਹੋ ਗਿਆ ਪਰ ਬਾਈ ਮੈਨੂੰ ਤਾਂ ਸੌਣ ਲੱਗੇ ਸਾਹ ਚੜ ਗਿਆ ਜੀ ਮੈਂ ਕਿਹਾ ਲੈ ਬਈ ਨਵੀਂ ਗੱਡੀ ਆ ਨਾ ਨੰਬਰ ਆ ਨਾ ਕੋਈ ਕਾਗਜ਼ ਪੱਤਰਾਂ ਕੋਲੇ ਕੋਈ ਨਾ ਕੋਈ ਚੱਕਰ ਤਕੜਾ ਹੀ ਪਊਗਾ ਹੁਣ ਇੱਕ ਚੱਕਰ ਪੈ ਗਿਆ ਉਹਨੂੰ ਪੁਲਿਸ ਨੇ ਫੜ ਲਿਆ ਨਾ ਸਾਡੇ ਕੋਲ ਨੰਬਰ ਸੀ ਗੱਡੀ ਦਾ ਨਾ ਸਾਡੇ ਕੋਲ ਪੇਪਰ ਸੀ ਕੁਛ ਵੀ ਨਹੀਂ ਸੀਗਾ ਤਾਂ ਬਹੁਤ ਜ਼ਿਆਦਾ ਖੱਜਲ ਖੁਆਰੀ ਹੋ ਗਈ ਸੀ ਸਾਡੇ ਕੋਲ ਸਿਰਫ ਗੱਡੀ ਸੀਗੀ ਸਾਡੇ ਕੋਲ ਸਿਰਫ ਗੱਡੀ ਸੀਗੀ ਉਸ ਤੋਂ ਇਲਾਵਾ ਕੁਛ ਵੀ ਨਹੀਂ ਸੀਗਾ 4 ਬੰਦਿਆਂ ਤੋਂ ਇਲਾਵਾ ਉਸ ਤੋਂ ਬਾਅਦ ਹੁਣ ਸਾਰ ਨੇ ਖੜਾਇਆ ਥੋੜਾ 5000 ਦਾ ਚਲਾਨ ਬਣਦਾ ਸੀਗਾ ਹੁਣ ਆਪਾਂ ਦੇਖਣਾ ਲਾਏ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਲਾਏ ਆ ਇੱਥੇ ਜਿਹੜੇ ਪਏ ਹੋਏ ਆ ਬਾਕੀ ਇੱਥੇ ਵੈਰਾਈਟੀ ਬਹੁਤ ਜ਼ਿਆਦਾ ਮਿਲ ਜੂਗੀ ਆਪਾਂ ਨੂੰ ਕੰਫਿਊਜ਼ ਤਾਂ ਹੁੰਦਾ ਪਰ ਆਪਾਂ ਕੰਫਿਊਜ਼ ਨਹੀਂ ਹੋਣਾ ਦੋ ਮੈਂ ਸਿਲੈਕਟ ਕਰਕੇ ਆਇਆ ਕਰੋ ਬਾਕੀ ਤੁਸੀਂ ਦੇਖ ਸਕਦੇ ਹੋ ਚੱਲਾ ਸੀ ਮੇਰਾ ਫੋਨ ਚੱਲਾ ਸੀ ਗਾਈਸ ਦੇਖੋ ਇੰਨੀ ਐਕਸਾਈਟਮੈਂਟ ਆ ਫੋਨ ਚੱਲਾ ਸੀ ਮੇਰਾ ਭਾਈ ਆਹ ਦੇਖੋ ਇਹੋ ਜਿਹੇ ਮੈਂ ਕੋਈ ਦੇਖ ਰਿਹਾ ਕਿ ਅੱਜ ਕੱਲ੍ਹ ਚੱਲਦੇ ਆ ਜਾਂ ਇਹ ਜਾਂ ਤਾਂ ਮੈਂ ਬਲੈਕ ਪਾਵਾਂਗਾ ਕਿਉਂਕਿ ਬਲੈਕ ਵਧੀਆ ਲੱਗਦੇ ਆ ਜਾਂ ਮੈਂ ਪਵਾਉਂਗਾ ਗ੍ਰੇ ਹੁਣ ਮੈਂ ਕੰਫਿਊਜ਼ ਹਾਂ ਇੱਕ ਇਹਦੇ 'ਚ ਇੱਕ ਉਧਰਲੇ ਪਾਸੇ ਆਪਾਂ ਹੁਣ ਦੋਵਾਂ ਵਿੱਚ ਦਿਖਾਉਂਦਾ ਵਾ ਕਿਹੜੇ ਵਧੀਆ ਲੱਗਦੇ ਆ ਫਿਰ ਦੱਸਿਓ ਤੁਸੀਂ ਠੀਕ ਆ ਪਰ ਕਾਪੀ ਨਹੀਂ ਹੈਗੀ ਹਾਂ
ਕੰਪਨੀ ਵੀ ਲੱਗ ਆ ਸਟicker ਨਹੀਂ ਹੈ ਨਾ ਸਟicker ਕੱਢਿਆ ਹੋਇਆ ਹਾਂ ਸਟicker ਕੱਢਿਆ ਆ ਆ ਪਹਿਲਾ ਲਵਾਇਆ ਆਪਾਂ ਹਜੇ ਤੇ ਵਧੀਆ ਲੱਗ ਰਿਹਾ ਦੇਖਣ ਦਾ ਬਾਕੀ ਆਪਾਂ ਦੇਖਦੇ ਆ ਹੁਣ ਥੋੜਾ ਜਿਹਾ ਤੇ ਟੈਰ ਹੱਕਾ ਜਾਂ ਬਾਹਰ ਨੂੰ ਵੀ ਆਇਆ ਬਾਈ ਇੱਕ ਹੁਣ ਆਪਾਂ ਇਹ ਚੂਜ਼ ਕੀਤਾ ਇੱਕ ਉਹ ਚੂਜ਼ ਕੀਤਾ ਹੁਣ ਇੱਕ ਆਪਾਂ ਸਿਲਵਰ ਦੇਖ ਰਹੇ ਹਾਂ ਬਟ ਮੇਰਾ ਦਿਲ ਹੁਣ ਇਹਨਾਂ 'ਤੇ ਆ ਗਿਆ ਪਹਿਲਾਂ ਮੇਰਾ ਦਿਲ ਸਿਲਵਰ 'ਤੇ ਸੀਗਾ ਕਿਉਂਕਿ ਮੈਨੂੰ ਸਾਰੇ ਸਿਲਵਰ ਸੁਜੈਸਟ ਕਰ ਰਹੇ ਆ ਇਹ ਵੀ ਅਤੇ ਇੰਦਰ ਵੀ ਨਾਲ ਦੇ ਹੁਣ ਆਪਾਂ ਬਸ ਦੇਖਦੇ ਹਾਂ ਆਪਾਂ ਨੂੰ ਦੋ ਪਸੰਦ ਆਇਆ ਹੁਣ ਜਿਹੜੇ ਆਪਾਂ ਫਾਈਨਲ ਕੀਤੇ ਆ ਇੱਕ ਤਾਂ ਇਹ ਵਾਲੇ ਇੱਕ ਸਿਲਵਰ ਕਲਰ ਦੇ ਹੁਣ ਸਿਲਵਰ ਕਲਰ ਦੇ ਪਵਾ ਕੇ ਦੇਖਦੇ ਹਾਂ ਉਹ ਇਧਰਲੇ ਪਾਸੇ ਪੈਣਗੇ ਉਹਦੀ ਕਿਹੋ ਜਿਹੀ ਲੱਗਦੀ ਗੱਡੀ ਇੱਧਰੋਂ ਅਤੇ ਹੁਣ ਤੁਸੀਂ ਇੱਧਰਲੇ ਪਾਸਿਓ ਦੇਖੋ ਹੁਣ ਤੁਸੀਂ ਇੱਧਰਲੇ ਪਾਸਿਓ ਦੇਖੋ ਕਿੰਨਾ ਫਰਕ ਆ ਬਾਈ ਆਪਣੇ ਹੁਣ ਪੇਮੈਂਟ ਵਗੈਰਾ ਸਾਰਾ ਕੁਝ ਹੋ ਚੁੱਕਿਆ ਹੁਣ ਆਪਾਂ ਇੱਕ ਲਾਈਵ ਪਵਾਏ ਆ ਆਖਰੀ ਤੁਹਾਨੂੰ ਉਹ ਦਿਖਾਉਂਦੇ ਆ ਆ ਜਾਓ ਕਿਰਾ ਫਟਾਫਟ ਆਓ ਗਾਈਸ ਮੈਂ ਬਾਹਲਾ ਐਕਸਾਈਟਡ ਆ ਹੁਣ ਆ ਰਹੀ ਆਪਣੀ ਗੱਡੀ ਤੇ ਉਹ ਲਾਏ ਆ ਇਹ ਨਹੀਂ ਗੇ ਖੋਲਦੇ ਖੋਲਦੇ ਬਿਨਾਂ ਡਰਾਂ ਤੋਂ ਆ ਗਾਈ ਲਾਏ ਆ ਰਹੇ ਪਰ ਸਾਰੇ ਲਾਏ ਦਾ ਪ੍ਰੇ ਉਹ ਸਿਲੈਕਟ ਇਹਨੂੰ ਲਾਏ ਕਹਿੰਦੇ ਇਹਨੂੰ ਸੋ ਗਾਈਸ ਆ ਰਹੀ ਲਾਏ ਟੈਂਟੜੇ ਆ ਰਹੀ ਆ ਥੋੜੇ ਘੈਂਟ ਦੀ ਟਿਊਨ ਲਾ ਪੂਰੇ ਪੈ ਲੈਣ ਦੋ ਉਦੋਂ ਬਾਅਦ ਦਿਖਾਉਂਦੇ ਹੁਣ ਲੋਕ ਚਾਰੇ ਪਹਿਲਾਂ ਤੋਂ ਦੇਖ ਦਿਓ ਗੱਡੀ ਦੇਖੋ ਕਿਹੜੇ ਹਿਸਾਬ ਨਾਲ ਚੱਕੀ ਹੋਈ ਆ ਬਾਕੀ ਸਾਰ ਸਟਿਕਰਾਂ ਦੀ ਗੱਡੀ ਉੱਡਦੀ ਆ ਉੱਡਣੀ ਗੱਡੀ ਆ ਉੱਡਣ ਵਾਲੀ ਗੱਡੀ ਆ ਗਾਈਸ ਦੇਖੋ ਉਸਕੇ ਸਾਥ ਬੱਬੇ ਨੇ ਪਾਇਆ ਹੋਰ ਅਨਬਾਕਸ ਹੋ ਰਿਹਾ ਆਪਣੇ ਦਾ ਬੜੇਗਾ ਦਾ ਮੈਨੂੰ ਵਧੀਆ ਲੱਗਿਆ ਜੇ ਮੈਂ ਇਹਨਾਂ ਪਿੱਛੇ ਲਾ ਕੇ ਸਿਲਵਰ ਲਵਾ ਲੈਂਦਾ ਮੈਂ ਪਛਤਾਉਣਾ ਸੀ ਪੂਰੀ ਜ਼ਿੰਦਗੀ ਉਹਦੇ ਪਿੱਛੇ ਉਹਦੇ ਪਿੱਛੇ ਕਿੰਨਾ ਟਾਈਮ ਵੀ ਹੈਗੇ ਆ ਸਾਡੇ ਪਿੱਛੇ ਨਹੀਂ ਆਪਾਂ ਤਾਂ ਮੇਰੇ ਬਲੈਕ ਹੀ ਗਏ ਸੀ ਪਹਿਲਾਂ ਹੀ ਤੁਸੀਂ ਹੁਣ ਲੋਕ ਦੇਖੋ ਗਾਈਜ਼ ਮਤਲਬ ਯਾਰ ਮਤਲਬ ਗੱਲ ਬਣ ਗਈ ਮੈਨੂੰ ਨਾ ਖੁਸ਼ੀ ਨਹੀਂ ਹੋ ਰਹੀ ਪੈਸਾ ਲਾਏ ਤੇ ਗੱਡੀ 'ਤੇ ਬਟ ਆ ਜਿਹੜੀ ਅੱਜ ਹੋ ਰਹੀ ਹੈ ਨਾ ਫਿਰ ਬਾਈ ਜਦੋਂ ਦੀ ਮੈਂ ਗੱਡੀ ਲਈ ਹੈ ਨਾ ਮੇਰੇ ਜਮਾਂ ਵੀ ਫੇਸ 'ਤੇ ਸਮਾਈਲ ਨਹੀਂ ਸੀ ਮੇਰੇ ਘਰ ਦੇ ਕਹੀ ਜਾਂਦੀ ਯਾਰ ਤੂੰ ਮਤਲਬ ਹੱਸਦਾ ਹੀ ਨਹੀਂ ਪਿਆ ਕੀ ਗੱਲ ਆ ਮਤਲਬ ਤੂੰ ਗੱਡੀ ਲਈ ਹੈ ਤੇਰੇ ਨਾ ਫੇਸ 'ਤੇ ਉਹ ਖੁਸ਼ੀ ਨਹੀਂ ਮਿਲ ਰਹੀ ਬਟ ਹੁਣ ਜਿਹੜੀ ਮੈਨੂੰ ਖੁਸ਼ੀ ਮਿਲ ਰਹੀ ਹੈ ਨਾ ਕਸਮ ਨਾਲ ਉਹ ਨਹੀਂ ਮਿਲ ਸਕਦੀ ਉੱਦਾਂ ਯਾਰ ਜਮਾਂ ਵੀ ਨਹੀਂ ਮਿਲ ਸਕਦੀ ਲੈ ਬਾਈ ਹੁਣ ਦੇਖਦੇ ਆ ਕੀ ਹਿਸਾਬ ਕਿਤਾਬ ਕੈਮਰਾ ਹੁਣ ਰੱਖੀ ਇੱਧਰ ਕਰ ਇੱਧਰ ਘੁੰਮਾ ਮੁੰਡਾ ਆਇਆ ਕਹਿੰਦਾ ਭਾਈ ਦੇਖ ਲਓ ਕੌਣ ਆਇਆ ਅੰਦਰ ਮੈਂ ਕਿਹਾ ਜਿੰਨੇ ਕੁ ਫੋਲਰ ਉਹਦੇ ਆ ਉਨੇ ਕੁ ਫੋਲਰ ਸਾਡੇ ਆ ਕੋਈ ਫਰਕ ਨਹੀਂ ਉਹਦੇ 'ਚ ਪਤਾ ਕੌਣ ਆਇਆ ਹੋਇਆ ਇਹ ਗੱਡੀ 'ਚ ਆਈ ਹੋਈ ਆ ਹਿਮਾਂਸ਼ੀ ਖੁਰਾਣਾ ਹਿਮਾਂਸ਼ੀ ਖੁਰਾਣਾ ਜੋ ਕਿ ਅੰਦਰ ਬੈਠੀ ਆ ਬਟ ਕੋਈ ਨਹੀਂ ਯਾਰ ਫਿਰ ਕੀ ਆ ਯਾਰ ਅਗਲੀ ਨੇ ਵੀ ਉਹਦਾ ਕੰਮ ਕਰਾਉਣਾ ਡਿਸਟਰਬ ਕਾਹਤੋਂ ਕਰਨਾ ਹਨਾ ਆਪਾਂ ਤਾਂ ਗਾਈਜ਼ ਫਾਈਨਲੀ ਹੁਣ ਤੁਸੀਂ ਲੁੱਕ ਦੇਖ ਸਕਦੇ ਹੋ ਗੱਡੀ ਦੀ ਕਿਵੇਂ ਆਈ ਆ ਜੋ ਮੈਂ ਐਕਸਪੈਕਟ ਕੀਤਾ ਸੀਗਾ ਉਸ ਤੋਂ ਮੈਨੂੰ ਵੱਧ ਹੀ ਮਿਲਿਆ ਜੋ ਵੀ ਹੈ ਨਾ ਇਹ ਮੈਂ ਸਪੈਸ਼ਲੀ ਆਇਆ ਚੰਡੀਗੜ੍ਹ ਬੱਤਰਾ ਟਾਇਰ ਦੇ ਬਾਕੀ ਤੁਹਾਨੂੰ ਲੋਕੇਸ਼ਨ ਦੱਸ ਦੇਣਗੇ ਇੱਕ ਵਾਰੀ ਇਹ ਹੈਗਾ ਸਰ ਇੰਡਸਟਰੀਅਲ ਏਰੀਆ ਫੇਸ 1 ਰਾਈਟ ਨੈਕਸਟ ਟੂ ਇਲਾਂਟੇ ਮਾਲ ਹਾਂ ਤੇ ਬਹੁਤ ਜ਼ਿਆਦਾ ਵਧੀਆ ਤੇ ਵੈਰਾਈਟੀ ਵੀ ਬਹੁਤ ਤਰ੍ਹਾਂ ਦੀ ਹੈ ਵੀਰੇ ਉਹਨਾਂ ਕੋਲੇ ਵੀਰੇ ਦੱਸ ਦਿਓ ਕਿਹੜੀ ਕਿਹੜੀ ਬ੍ਰਾਂਡ ਸੀ ਯਾਰ ਆਪਣੇ ਕੋਲ ਯਾਰ ਸਾਰੇ ਬ੍ਰਾਂਡਸ ਦੇ ਅਲੋਏ ਵੀਲਸ ਹੈ ਸਾਰੀ ਪ੍ਰੀਮੀਅਮ ਰੇਂਜ ਹੈਗੀ ਇੱਥੇ ਤੇ ਆਫ ਰੋਡ ਵੀਲਸ ਤੋਂ ਲੈ ਕੇ ਕੋਈ ਵੀ ਤੁਹਾਨੂੰ ਚਾਹੀਦੇ ਹੋਣ ਆਫਟਰ ਮਾਰਕੀਟ ਵੀਲਸ ਰਾਦਰ ਓਰੀਜਨਲ ਵੀਲਸ ਵੀ ਸਾਡੇ ਕੋਲ ਹੁੰਦੇ ਆ ਸਾਰੇ ਤੇ ਵਿਜ਼ਿਟ ਕਰੋ ਸਰ ਸਾਨੂੰ ਐਨੀ ਟਾਈਮ ਬਿਲਕੁਲ ਯਾਰ ਵਿਜ਼ਿਟ ਕਰੋ ਜੋ ਕਿ ਹੈ ਨਾ ਮਤਲਬ ਮੈਨੂੰ 110% ਚੀਜ਼ ਮਿਲੀ ਹੈ ਲਾਈਕ ਯਾਰ ਮੈਂ ਗੱਡੀ ਲਈ ਸੀ ਪਰ ਮੈਂ ਖੁਸ਼ ਨਹੀਂ ਸੀਗਾ ਮੇਰੇ ਘਰ ਕਹਿੰਦੇ ਤੁਸੀਂ ਖੁਸ਼ ਕਾਹਤੋਂ ਨਹੀਂ ਹੈਗਾ ਤੂੰ ਇੰਨੇ ਪੈਸੇ ਲਾ ਵੀ ਦਿੱਤੇ ਗੱਡੀ 'ਤੇ ਪਰ ਹੁਣ ਜਿਹੜੀ ਮੇਰੀ ਖੁਸ਼ੀ ਆ ਨਾ ਉਹ ਨੈਕਸਟ ਲੈਵਲ ਆ ਤਾਂ ਜ਼ਰੂਰ ਆਇਓ ਤੁਹਾਨੂੰ ਮੈਂ ਇੱਕ ਵਾਰੀ ਦਿਖਾ ਦਿੰਦਾ ਪੂਰੀ ਲੁੱਕ ਗੱਡੀ ਦੀ ਬਈ ਗੱਡੀ ਥੋੜ੍ਹੀ ਧਮਾਉਣ ਵਾਲੀ ਆ ਆਪਣੀ ਧੋਣ ਤੋਂ ਬਾਅਦ ਬਹੁਤ ਵਧੀਆ ਨਾਈਸ ਵਰਕ ਵੀਰੇ ਥੈਂਕ ਯੂ ਸੋ ਮੱਚ ਕਿਵੇਂ ਲੱਗੀ ਫਿਰ ਪੁੱਟਰ ਹੁਣ ਥੋੜੀ ਲੁੱਕ ਚੇਂਜ ਹੋ ਗਈ ਬਹੁਤ ਵਧੀਆ ਲੱਗ ਰਹੀ ਹੈ ਅੱਗੇ ਨਾਲੋਂ ਗੱਡੀ ਅਲਾਏ ਪਾਉਣ ਨਾਲ ਬਹੁਤ ਫਰਕ ਪੈ ਗਿਆ ਵਾ ਓਏ ਜਿਹੜੀ ਮੇਰੀ ਟਾਇਰ ਦੀ ਨਜ਼ਰ ਲੱਗੀ ਸੀ ਹੁਣ ਉਹ ਵੀ ਲੈ ਗਈ ਹੋਈ ਆ ਫਾਈਨਲੀ ਨਜ਼ਰ ਵੀ ਲੈ ਗਈ ਆ ਜਿਹੜੀ ਵੀ ਨਜ਼ਰ ਆ ਨਾਲ ਦੀ ਨਾਲ ਲਾ ਦੀ ਸੀ ਆਪਾਂ ਸਹੀ ਗੱਲ ਆ ਗਾਇਸ ਮੇਰਾ ਜਮਾਂ ਦਿਲ ਫੇਰ ਟੁੱਟ ਚੁੱਕਿਆ ਕਿਉਂਕਿ ਆਹ ਦੇਖੋ ਯਾਰ
ਕੀ ਕਰਾਂ ਯਾਰ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਹੁਣ ਅਸੀਂ ਆਏ ਲਾਂਤੇ ਮੋਲ ਚੱਕਰ ਇਹ ਪੈ ਗਿਆ ਕਿ ਨਾ ਥੋੜ੍ਹੇ ਜਿਹੇ ਸਕਰੈਚ ਪੈ ਗਏ ਮੇਰੇ ਲਾਈਟ 'ਤੇ ਉਹ ਯਾਰ ਬੈਕ ਕਰ ਦਿਓ ਮੈਂ ਹੀ ਮਾਰਦੀ ਕਿਉਂਕਿ ਜਿਹੜਾ ਮਿਰਰ ਸੀਗਾ ਇਹਨੇ ਆਪਦੇ ਹਿਸਾਬ ਨਾਲ ਐਡਜਸਟ ਕੀਤਾ ਸੀਗਾ ਉਹ ਸਾਲਾ ਮੈਨੂੰ ਦਿਖਿਆ ਨਹੀਂ ਪ੍ਰੋਪਰ ਅਤੇ ਮੈਂ ਬੈਕ ਕਰਤਾ ਯਾਰ ਉਹ ਠੱਕ ਦੇ ਨੇ ਵੱਜੀ ਅੰਦਰ ਤਾਂ ਦਿਲ ਬਹੁਤ ਦੁੱਖ ਰਿਹਾ ਤਾਂ ਕਰਕੇ ਥੋੜ੍ਹਾ ਮਾਇੰਡ ਚਿੱਲ ਕਰਨ ਲਈ ਇੱਥੇ ਆਇਆ ਹਾਂ ਹੁਣ ਆਈ ਸੀ ਕੇ ਐਫ ਸੀ ਤੁਸੀਂ ਲੈਣ ਦੇਖ ਸਕਦੇ ਹੋ ਬਹੁਤ ਜ਼ਿਆਦਾ ਵੱਡੀ ਲੈਣ ਆਇਆ ਜਿਵੇਂ ਫ੍ਰੀ ਵੰਡਦੇ ਹੁੰਦੇ ਐਂ ਲੱਗੀ ਆ ਲੈਣਾ 'ਚ ਹੁਣ ਆਪਾਂ ਚੱਲੇ ਹਾਂ ਸਿੱਧਾ ਘਰੇ ਖਾਣ ਪੀਣ ਸਾਰਾ ਕੁਛ ਹੋ ਗਿਆ ਥੱਲੇ ਜਾ ਕੇ ਤੁਹਾਨੂੰ ਪ੍ਰੋਪਰ ਦਿਖਾਉਂਦਾ ਗੱਡੀ ਆਹ ਦੇ ਥੋੜ੍ਹੇ ਥੋੜ੍ਹੇ ਪਏ ਆ ਇੱਕ ਇੱਥੇ ਪਿਆ ਅਤੇ ਇੱਕ ਇੱਥੇ ਪਿਆ ਸ਼ੁਕਰ ਆ ਇੱਥੇ ਕਿਤੇ ਨਹੀਂ ਪਿਆ ਜ਼ਿਆਦਾ ਹੈ ਨਾ ਇੱਥੇ ਹਲਕਾ ਜਿਹਾ ਪਿਆ ਓਕੇ ਬੁੱਟਰ ਵੀਰੇ ਓਕੇ ਭਰਾ ਮਿਲਦੇ ਆ ਮਿਲਦੇ ਆ ਹੁਣ ਅਸੀਂ ਪਹੁੰਚ ਚੁੱਕੇ ਹਾਂ ਜਗਰਾਓ ਤੇ ਯਾਰ ਜਿਹੜਾ ਸਾਡਾ ਇਹ ਸਫ਼ਰ ਆ ਨਾ ਉਹ ਇੰਨਾ ਕੁ ਜ਼ਿਆਦਾ ਮਾੜਾ ਰਿਹਾ ਨਾ ਯਾਰ ਮਤਲਬ ਬਹੁਤ ਚੀਜ਼ਾਂ ਇੱਦਾਂ ਦੀ ਹੋਈਆਂ ਲਾਈਕ ਚਲਾਨ ਹੋ ਗਿਆ ਹੋਰ ਤਿੰਨ ਚਾਰ ਚੀਜ਼ਾਂ ਨਿੱਕੀਆਂ ਨਿੱਕੀਆਂ ਗੱਡੀ ਦੀਆਂ ਵੀ ਹੋਈਆਂ ਵੀ ਅੱਗੇ ਲੋਕਾਂ ਨੇ ਦਿਖਾਊਂਗਾ ਤਾਂ ਹੁਣ ਆਪਾਂ ਆਇਆ ਤੇਲ ਪਾਉਣ ਖੋਲ੍ਹਣਾ ਕਿੱਥੋਂ ਦੇਖ ਲਈਏ ਖੋਲ੍ਹ ਤਾਂ ਦੇਖੀ ਹੁਣ ਆਪਾਂ ਚੱਲੇ ਹਾਂ ਘਰੇ ਅਤੇ ਉਹਨਾਂ ਦੇ ਰਿਐਕਸ਼ਨ ਦੇਖਦੇ ਹਾਂ ਜਾ ਕੇ